ਕਿਹਾ ਜਾਂਦਾ ਹੈ ਕਿ ਜੇਕਰ ਸੇਵਾ ਕਰਨੀ ਹੈ ਤਾਂ ਕਿਸੇ ਲੋੜਵੰਦ ਦੀ ਕਰਨੀ ਚਾਹੀਦੀ ਹੈ ਤੇ ਅਜਿਹੀ ਸੋਚ ਲੈ ਕੇ ਹੀ ਅੱਜ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਪ੍ਰਸਿੱਧ ਸਮਾਜ ਸੇਵੀ ਅਤੇ ਸੀਨੀਅਰ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਹੁਣਾਂ ਵੱਲੋਂ 21 ਪੱਖੇ ਪੇਂਟ ਕੀਤੇ ਗਏ। ਗੱਲਬਾਤ ਦੌਰਾਨ ਸਮਾਜ ਸੇਵੀ ਅਤੇ ਪ੍ਰਸਿੱਧ ਵਕੀਲ ਸ਼ਮਸ਼ੇਰ ਸਿੰਘ ਭਾਰਦਵਾਜ ਹੁਣਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਸਰਕਾਰੀ ਹਸਪਤਾਲ ਵਿੱਚ ਕੁਝ ਪੱਖਿਆਂ ਦੀ ਕਮੀ ਹੈ ਜਿਸ ਉੱਤੇ ਜਿੱਥੇ ਸਿਹਤ ਮਹਿਕਮੇ ਵੱਲੋਂ ਐਕਸ਼ਨ ਲੈਂਦਿਆਂ ਪੱਖਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਾਰਜ ਆਰੰਭੇ ਗਏ ਸਨ ਉੱਥੇ ਹੀ ਉਹਨਾਂ ਦੇ ਮਨ ਵਿੱਚ ਵੀ ਵਿਚਾਰ ਆਇਆ ਕਿ ਸਿਹਤ ਮਹਿਕਮੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਪੱਖੇ ਭੇਟ ਕੀਤੇ ਜਾਣ ਤਾਂ ਜੋ ਦੂਰ ਦੁਰਾਡੇ ਤੋਂ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ ਅਤੇ ਉਹਨਾਂ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲ ਸਕੇ। ਇਸ ਬਾਬਤ CMO ਡਾਕਟਰ ਲਖਵੀਰ ਸਿੰਘ ਨੇ ਕਿਹਾ ਕਿ ਸਮਾਜ ਸੇਵੀ ਸ਼ਮਸ਼ੇਰ ਸਿੰਘ ਭਾਰਦਵਾਜ ਵੱਲੋਂ ਜਿਹੜੇ ਪੱਖੇ ਭੇਟ ਕੀਤੇ ਗਏ ਹਨ ਉਹ ਜਲਦ ਹੀ ਹਸਪਤਾਲ ਵਿੱਚ ਲਗਾ ਦਿੱਤੇ ਜਾਣਗੇ ਅਤੇ ਸ਼ਮਸ਼ੇਰ ਸਿੰਘ ਭਾਰਦਵਾਜ ਵਰਗੀਆਂ ਸਮਾਜ ਸੇਵੀ ਸ਼ਖਸੀਅਤਾਂ ਦੀ ਸ਼ਲਾਘਾ ਵਿੱਚ ਸ਼ਬਦ ਵੀ ਘੱਟ ਪੈ ਜਾਂਦੇ ਨੇ। ਇਸ ਮੌਕੇ CMO ਦੇ ਨਾਲ SMO ਡਾਕਟਰ ਸਵਾਤੀ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਫਕੀਰ ਪ੍ਰਸਾਦ ਡੋਗਰਾ, ਓਮਕਾਰ ਸਿੰਘ ਐਡਵੋਕੇਟ, ਮਮਤਾ ਭਾਟੀਆ ਤੋਂ ਇਲਾਵਾ ਗੁਰਪ੍ਰੀਤ ਕੋਟਲੀ ਅਤੇ ਜਪਿੰਦਰ ਸਿੰਘ ਅਟਵਾਲ ਵੀ ਪਹੁੰਚੇ ਸਨ। ਹੁਸ਼ਿਆਰਪੁਰ ਸਮਾਚਾਰ ਦੇ ਲਈ ਕੈਮਰਾ ਪਰਸਨ ਚੇਤਨ ਸਿੰਘ ਸਲੇਮਪੁਰ ਦੇ ਨਾਲ ਗੋਵਿੰਦਜੀਤ ਸਿੰਘ ਦੀ ਰਿਪੋਰਟ। ਅੱਜ ਜਿਵੇਂ ਮੈਨੂੰ ਫੋਨ ਆਇਆ, ਸਰਦਾਰ ਸਾਡੇ ਸ਼ਮਸ਼ੇਰ ਸਿੰਘ ਭਾਰਦਵਾਜ ਐਡਵੋਕੇਟ ਹੈ, ਇਹਨਾਂ ਨੇ ਮੈਨੂੰ ਫੋਨ 'ਤੇ ਕਿਹਾ ਵੀ ਡਾਕਟਰ ਸਾਹਿਬ, ਮੈਂ ਕੁਛ ਦਿਨ ਪਹਿਲਾਂ ਅਖਬਾਰ 'ਚ ਇੱਕ ਖਬਰ ਮੀਡੀਆ 'ਚ ਜਾਂ ਖਬਰ ਸੁਣੀਆਂ ਪੜ੍ਹੀ ਹੈ ਜਾਂ ਵੀ ਉਹਦੇ 'ਚ ਇੱਦਾਂ ਲੱਗਾ ਮੈਨੂੰ ਵੀ ਜਿਹੜਾ ਸਿਵਲ ਹੋਸਪਿਟਲ ਵਿੱਚ ਮਰੀਜ਼ਾਂ ਨੂੰ ਛੱਤ ਦੇ ਪੱਖੇ ਸੀਲਿੰਗ ਫੈਨ ਦੀ ਲੋੜ ਹੈ, ਕੁਛ ਕਮੀ ਹੈ, ਅਤੇ ਇਹਨਾਂ ਨੇ ਉਦੋਂ ਹੀ ਮਨ ਬਣਾ ਲਿਆ, ਕਹਿੰਦੇ ਮੈਂ ਵੀ ਕੁਛ ਮੈਂ ਇਹਦੇ 'ਚ ਯੋਗਦਾਨ ਜ਼ਰੂਰ ਪਾਵਾਂਗਾ। ਇਹਨਾਂ ਨੇ 21 ਪੱਖੇ ਜਿਹੜੇ ਆ ਸੀਲਿੰਗ ਫੈਨ ਲਏ ਆ ਅਤੇ ਅੱਜ ਇਹ ਇੱਥੇ ਲੈ ਕੇ ਆ ਗਏ ਆ, ਸਾਡੇ ਕੋਲ ਪਹੁੰਚ ਗਏ ਆ। ਅਸੀਂ ਉਹ ਜਿਹੜੇ ਪੱਖੇ ਡਾਕਟਰ ਸਵਾਤੀ SMO ਸਿਵਲ ਹੋਸਪਿਟਲ ਦੇ ਵੀ ਬੈਠੇ ਆ ਅਤੇ ਸਾਡੇ ਬਹੁਤ ਹੀ ਲਾਲੀ ਬਾਜਵਾ ਜੀ ਬੈਠੇ ਆ ਅਤੇ ਪੋਲੀਟੀਕਲ ਲੀਡਰ ਵੀ ਆ ਸਾਡੇ, ਅਤੇ ਇਹ ਜਿਹੜਾ ਸਾਡਾ ਇਹਨਾਂ ਨੂੰ ਅੱਖੇ ਪੱਖੇ ਜਿਹੜੇ ਆ ਹੈਂਡਓਵਰ ਕਰ ਦੇਣੇ ਆ ਭਾਰਦਵਾਜ ਸਾਹਿਬ ਤੋਂ, ਉਹਨਾਂ ਨੂੰ ਦੇ ਦੇਣਗੇ। ਅਤੇ ਸਟੋਰ ਕੀਪਰ ਵੀ ਮੁੰਡਾ ਲੜਕਾ ਆ ਗਿਆ ਜਿਹੜੇ ਜਿਨ੍ਹਾਂ ਕੋਲ ਸਟੋਰ ਹੈ ਅਤੇ ਉਹ ਰਿਸੀਵ ਕਰਨਗੇ। ਸੋ ਇਹ ਜਿਹੜੇ ਪੱਖੇ ਹੈ ਇਹ ਜਲਦੀ ਬਸ ਨਾਲ ਹੀ ਲੱਗ ਜਾਣਗੇ ਛੱਤਾਂ 'ਤੇ ਅਤੇ ਮਰੀਜ਼ਾਂ ਨੂੰ ਹਵਾ ਆਉਣ ਲੱਗ ਪਊਗੀ ਅਤੇ ਮਰੀਜ਼ ਦੁਆਵਾਂ ਵੀ ਦੇਣਗੇ ਇਹਨਾਂ ਨੂੰ ਭਾਰਦਵਾਜ ਸਾਹਿਬ ਨੂੰ। ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਹੋਸਪਿਟਲਾਂ ਵਿੱਚ ਜਾਂ ਸਾਡੇ ਕੋਲ ਬੰਦੇ ਦੁਖੀ ਆਉਂਦੇ ਆ, ਬਿਮਾਰੀ ਤੋਂ ਪੀੜਿਤ ਆਉਂਦੇ ਆ, ਅਤੇ ਉਹਦੇ ਦੁੱਖ 'ਚ ਜੇ ਗਰਮੀ ਇੰਨੀ 'ਚ ਕੋਈ ਘਟਾਇਆ ਜਾ ਸਕੇ ਇਹ ਪੱਖੇ ਲਾ ਕੇ ਤਾਂ ਮੇਰੇ ਖਿਆਲ ਦੁਆਵਾਂ ਦਊਗੇ। ਸੋ ਇਹੋ ਜਿਹੇ ਵਿਅਕਤੀ ਜਿਹੜੇ ਭਾਰਦਵਾਜ ਸਾਹਿਬ ਵਰਗੇ ਪਰਸਨ ਰਹਿ, ਇਹਨਾਂ ਦੇ ਵਾਸਤੇ ਮੈਂ ਸ਼ਬਦ ਬੋਲਣੇ ਜ਼ਰੂਰੀ ਆ, ਦੋ ਚਾਰ ਉਹ ਮੈਂ ਬੋਲ ਵੀ ਦਿੱਤੇ ਆ, ਪਰ ਮੈਨੂੰ ਲੱਗਦਾ ਹੁੰਦਾ ਇਹੋ ਜਿਹੀਆਂ ਸ਼ਖਸੀਅਤਾਂ ਲਈ ਸ਼ਬਦ ਬੜੇ ਸੀਮਤ ਪੈ ਜਾਂਦੇ ਆ, ਛੋਟੇ ਪੈ ਜਾਂਦੇ ਆ। ਇਹਨਾਂ ਦਾ ਕੱਦ ਬਹੁਤ ਉੱਚਾ ਆ, ਕਹਿੰਦੇ ਹੁੰਦੇ ਏਕ ਦੀਪਕ ਅੰਦਰ ਕੇ ਮਨ ਉਜਿਆਰਾ ਹੋ, ਏਕ ਦੀਪਕ ਬਾਹਰ ਸਵਾਗਤ ਤੁਮਾਰਾ ਹੋ, ਏਕ ਦੀਪਕ ਚੌਰਾਹੇ ਜੋ ਸਭ ਕਾ ਸਹਾਰਾ ਹੋ। ਇਹ ਉੱਦਾਂ ਦੇ ਦੀਪਕ ਆ ਜਿਹੜੇ ਸਾਰਿਆਂ ਨੂੰ ਰੋਸ਼ਨੀ ਦਿੰਦੇ ਆ, ਚਾਰੇ ਤਰਫ ਸਮਾਜ ਦਾ ਵੀ ਫਿਕਰ ਕਰਦੇ ਆ। ਇਹਨਾਂ ਦਾ ਪਰਿਵਾਰ ਜਿਹੜਾ ਉਹ ਨਹੀਂ ਵੀ ਇਹਨਾਂ ਦੇ ਦੋ ਬੱਚੇ ਜਾਂ ਤਿੰਨ ਜਿਹੜਾ ਜਾਂ ਵਾਈਫ ਹੈ, ਇਹ ਉਹ ਪਰਿਵਾਰ ਨਹੀਂ ਇਕੱਲਾ ਹੈਗਾ, ਇਹ ਕੁੱਲ ਮਾਨਵ ਮਾਤਰ ਨੂੰ ਆਪਣਾ ਪਰਿਵਾਰ ਸਮਝਦੇ ਆ, ਹਸਪਤਾਲ ਦੇ ਹਿੱਤ ਨੂੰ, ਇਸ ਜ਼ਿਲ੍ਹੇ ਦੇ ਲੋਕਾਂ ਦੇ ਹਿੱਤ ਨੂੰ ਇਹ ਆਪਣਾ ਹੀ ਹਿੱਤ ਸਮਝਦੇ ਆ। ਸੋ ਮੈਂ ਅੱਜ ਇਹਨਾਂ ਦਾ ਬਹੁਤ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਧੰਨਵਾਦ ਕਰਦਾ ਹਾਂ। ਲਾਲੀ ਭਾਜੀ ਬਾਜਵਾ ਸਾਹਿਬ ਵੀ ਸਬੱਬੀ ਇੱਥੇ ਆਏ ਆ, ਅਸੀਂ ਇਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਹਾਂ। ਸੋ ਮੈਨੂੰ ਲੱਗਦਾ ਅਤੇ ਹਰ ਗੱਲ ਤੋਂ ਜਦੋਂ ਮਾਨਵਤਾ ਦੀ ਸੇਵਾ ਦੇ ਵਿੱਚ ਧਰਮ ਜਾਤੀ ਹਰ ਚੀਜ਼ ਤੋਂ ਉੱਪਰ ਉੱਠ ਕੇ ਕੋਈ ਪੋਲੀਟੀਕਲ ਪਾਰਟੀ ਤੋਂ ਲੈ ਕੇ ਉਹ ਲੋਕਾਂ ਦੇ ਹਿੱਤ 'ਚ ਕੰਮ ਕਰਨਾ ਚਾਹੀਦਾ, ਕਿਉਂਕਿ ਪੇਸ਼ੈਂਟ ਸਿਰਫ ਪੇਸ਼ੈਂਟ ਹੈ, ਉਹ ਕਿਸੇ ਪਾਰਟੀ ਦਾ ਨਹੀਂ, ਉਹ ਕਿਸੇ ਧਰਮ ਦਾ ਨਹੀਂ, ਕੋਈ ਜਾਤੀ ਦੀ ਗੱਲ ਨਹੀਂ, ਉਹ ਮਰੀਜ਼ ਹੈ ਬਸ। ਉਹਦੀ ਸੇਵਾ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ, ਇੱਦਾਂ ਹੀ ਸਮਾਜ ਵਿੱਚ ਇਹ ਲਹਿਰ ਜਿਹੜੀ ਚੱਲਣੀ ਚਾਹੀਦੀ ਆ। ਮੈਨੂੰ ਲੱਗਦਾ ਵੀ ਜਿੱਦਾਂ ਕਹਿੰਦੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਵੀ ਜਦੋਂ ਇਹੋ ਜਿਹਾ ਕੋਈ ਕੰਮ ਸਮਾਜ 'ਚ ਪੋਜ਼ੀਟਿਵ ਵਧੀਆ ਕਰਦੇ ਆ ਤਾਂ ਹੋਰਾਂ ਨੂੰ ਵੀ ਰੀਸ ਕਰਨ ਨੂੰ ਫਿਰ ਦਿਲ ਕਰਦਾ। ਜਿੱਦਾਂ ਕਹਿੰਦੇ ਨਾ ਕੀਟ ਥੱਲੇ ਆਕਾਸ਼ 'ਤੇ ਉੱਡਦੇ ਪੰਛੀਆਂ ਨੂੰ ਜਦੋਂ ਕੋਈ ਦੇਖਦਾ ਅਤੇ ਜਿਹੜੇ ਕੀੜੇ ਮਕੌੜੇ ਚੱਲਦੇ ਉਹਨਾਂ ਦਾ ਵੀ ਦਿਲ ਕਰਦਾ ਵੀ ਅਸੀਂ ਵੀ ਉੱਡੀਏ। ਸੋ ਇੱਦਾਂ ਦਾ ਇਹ ਸੋਚ ਹੋਰ ਵੀ ਪੈਦਾ ਹੋ ਗਈ ਅੱਗੇ, ਅਤੇ ਅਸੀਂ ਜਿਹੜਾ ਸਾਡੇ
कैबिनेट मंत्री ब्रह्म शंकर जिंपा जी फ्रॉम द डे वन ये गल कह रहे हैं, पंजाब सरकार च भी ये गल चल रही है, साढ़े मुख्यमंत्री साढ़े भगवंत मान जी भी कह रहे हैं, सो वो जिहड़े साढ़े ऑनरेबल CM है वो गल जिहड़ी है उन्हूं यह उहदे वल एक कदम है जिहड़ा कि असीं कोई बेहतर सेहत सेवावां देईए ते वो बेहतर सेहत सेवावां दा ये हिस्सा है। तो मीडिया के भी धन्यवादी हैं, तुसीं आए अज इत्थे इस गल नूं इस पहल नूं इस अच्छे काम नूं लोगों तक पहुँचूगा तो लोग होर भी इदा अगे आके काम करनगे। धन्नवाद, शुक्रिया भारद्वाज साहब का, वकील साहब का बहुत शुक्रिया, होर भी जिन्हें साथी नाल आए आ, लाली भाजी आए आ, मैं फिर इन्हों का धन्यवाद करता जी। डॉक्टर साहब देखो जिवें थोड़े दिन परसों चौथी सेहत मंत्री जी ने फोन आया मैनू, मेरे नाल गल हुई है, उन्होंने कहा भी डॉक्टर साहब जल्दी सरकार लैवल तो भी उपरों होर ज़्यादा फंड्स या होर ज़्यादा दवाइया का भी हो जाएगा उपराला, पर मीनवाइल जिहड़ा तुसी कोई NGO जां जिहड़े भी स्वय सेवी संगठन है जिहड़े होर अगे आके समाज दे सेवा च काम कर सकदे उन्हां दीआं सेवावां भी लो, बहुत अच्छा है। बहुत लोग मैनूं इदां लगदा हुंदा भी बहुत परसन है, बहुत इहो जिहे संगठन है जिहड़ी सेवा करने चाहुंदे है, पर उन्हां नूं जे भरोसा होवे भी साडी चीज़ का सही उपयोग होवेगा उहदी, जे कोई एंबूलेंस देती हो वाकई मरीजां नूं केसां नूं अगे लैण च उहनूं पूरा ऐन बिना किसी भिन्न भेदभाव दे उहनूं वरत्या जाऊ तां लोक तैयार है देण नूं, सेवावां बहुत देण नूं तैयार है। सो हुण भी जिद्दां इह पहल इन्हां ने की एक ना दो उन्हां ने इदां ही दीप से दीप जलता जाएगा जी अगे तो अगे, बड़ियां प्राइवेट जिहड़ियां होर भी ऑर्गेनाइजेशन उन्हां नूं होर असीं भी तालमेल रखांगे, मैं खुद भी बतौर सिविल सर्जन चार्ज लिया, तो कुल मिला के जिहड़ा एजेंडा तो यही है जी कि लोगों लिए लोगों की सेहत बेहतर सेहत सहूलतों लिए आप कुछ कर सकी, मकसद सिर्फ यही है। मैं जी शमशेर सिंह भारद्वाज एडवोकेट, नाल मेरे जतेंद्र सिंह लाली बाजवा जी और फकीर प्रसाद डोगरा जी कोहली जी साढ़े नाल ने। अखबार के थोड़े दिन पहला एक आर्टिकल आया सी भी सिविल हॉस्पिटल हुशियारपुर के मरीजों को गर्मी के मौसम के काफ़ी किल्लत का सामना करना पै रहा भी पखियां की घाट, उस दिन तो मेरे मन के चल रहा है भी क्यों ना आप पखे जिहड़े आ दे के इंसानियत दे इंसान होने का फर्ज अदा करिए। सो अज मैं 21 पखे जिहड़े आ वो सिविल सर्जन डॉक्टर लखवीर सिंह होना सारे भरावान की हाजिरी के सपुरद किए कि वो इतने जिथे जिथे भी उन्होंने कमी पेशी हैगी पखे लगा के हॉस्पिटल दूर की जा सके।